देखिए द जॉन रैम्बो शो अपने फेवरेट कॉमेडी यूट्यूब चैनल जॉन रैम्बो पे। एक मेरी गल सुन लो, जनाजा नहीं पढ़ाना वरना कौन पढ़ाना। एक मेरी गल सुन लो, मैं अक्सर नकावां ते देखिया भी लोग नकाब पढ़दे फौरन निकल जांदे आ। हाँ। ना मेरा वीर इस तरह बुरी गल है। अच्छा। 70 कदमां ते रुक के दुआ मंग के ते फिर जाना। फिर जाना लो, फिर बात वही हो गई। अच्छा अच्छा, देखें आप एक मिनट, पहले आप जेन में ये रखें कि आप जनाजा नहीं पढ़ा रहे, निकाह पढ़ा। हाँ जी, निकाह। आपके आपके वो बड़े मौलवी साहब नहीं आए? वो तो चले गए ना काजी साहब। अच्छा, वो शहर से बाहर, मुझे वो शहरों बाहर ने निकाह निकाह इस्तमाई निकाह कराउन गए ने। इस्तमाई हदो सामने दूल्हा बैठा ते हद हो गई, उतो रश इत्थे कीता पे मुंह देख के निकली जाओ तुसी। भाई जी, अच्छा मैं बारात जेड़ी ना जी गड्डी ते नहीं जाएगी, होर जी फट्टे ते एवें तुसी दिल छड गए हो। और मेरा जेड़ा वलीमा, हां जी, वो डाट वाले मैरिज हाल च होएगा। सर तुसी एक कमाल कर दियो, मेरा वलीमा हो जाए ना उसे घड़े रखने घड़े। दूल्हे का नाम मैयत नहीं, अब नाम 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 नाम, नाम, नाम। आपको क्या हो गया? जिंदा तो... वाला जिंदा वाला नाम। अच्छा, दूल्हे का नाम जलेबी भाई जले इतने ना दसो गया जी कंजरा। दूल्हे का नाम जीशान। यार ऐसे एक मिनट, दूल्हा भाई अपने मान से बताएं यार, जीशान इनके मुंह पे सूट करता है? अल्लाह की शान, मैं पूरा नाम ले आया। अच्छा, वो तो मैंनू जैनी कहंदी। जैनी यार मैंनू फार्म पूरा कर लेने दो पहले। ओदा जैनी तवाजन ठीक नहीं ना इसलिए। यार ना फार्म। दूल्हे का नाम जीशान, होया की सी? लो, मेरा मतलब है पहले तो विवाह नहीं होया होया। जी जी। हाँ, इनका मतलब है कि पहले तो शादी, पहले शादी तो नहीं हुई। जीशान अपने किसी जी, तू शादी कह रहे हैं ना? हाँ जी, जिंदगी च एक ही होती। जीशान अपने किसी बाप का नाम बताओ। किसी मतलब अपने बाप का नाम, बाप का नाम इरफान। इरफान मरहूम उसे जिंदा नहीं। अच्छा जी, जिंदा नहीं? जिंदा नहीं। चलो दूल्हा फौत होना, वो जिंदा नहीं। यार वैसे आपने ना दूल्हे भाई को परेशान कर दिया, वो ऐसे दिल पे लगा रहे हैं, दिल पे लगा, कंफ्यूज कर दे, कंफ्यूज कर दिया। यार कल में लिखना ही है मरहूम, तो आज लिख दे। दुल्हन का नाम समीना। समीना, समीना बीबी। दुल्हन के बाप का नाम मुनीर हुसैन। कतबे ते वही लिखाउणा? ਕਿਹੜੇ ਕਤਬੇ ਤੇ ਯਾਰ? ਕਤਬਾ ਲਿਖਿਆ ਹੁੰਦਾ ਨਾ ਮਨੀਰ ਸੈਨ, ਉਹ ਤੇ ਬਾਅਦ ਚ ਲਿਖਾਉਣਾ, ਤੂੰ ਹੁਣੇ ਲਿਖੀ ਜਾਣਾ। ਥੱਲੇ ਸ਼ੇਰ ਵੀ ਲਿਖਿਆ ਹੁੰਦਾ, ਹਸਰਤ ਤੁਨ ਗੁੰਚੋਂ ਪੇ ਜੋ ਬਿਨ ਖਿਲੇ ਮੁਰਜਾ ਗਏ। ਨਿਕਾਹ ਪੜਾਣਾ ਹੈ ਇੱਥੇ ਦਰਮਿਆਨ ਦੇ ਦੋ ਅਗਰਬੱਤੀਆਂ ਬਣਾਓ, ਬਣਾਓ ਅਗਰਬੱਤੀਆਂ ਦੋ ਮਰ ਗਈਆਂ, ਠੀਕ ਹੈ। ਹਾਂਜੀ, ਥੋੜਾ ਜਿਹਾ ਪਿੱਛੇ ਹਟ ਗਿਆ ਨਾ ਤੇ ਡੱਬੇ ਦੇ ਨਾਲ ਪਾਣੀ ਪਾਓ ਨਿਕਲ ਕੇ। ਯਾਰ ਇੰਨਾ ਕੁਛ ਬਣ ਸਕਦਾ ਇਹਦੇ ਉੱਤੇ? ਨਹੀਂ ਬਾਅਦ ਨਾ, ਜਦੋਂ ਗੁਣ ਖਿਲੇ ਮੁਰਝਾ ਗਏ ਹੋ ਗਏ, ਨਿਕਾਹ ਹੋ ਰਿਹਾ ਇੱਥੇ। ਯਾਰ ਬੜਾ ਨਿਕਾਹ ਹੋ ਰਿਹਾ ਯਾਰ, ਯਾਰ ਇਹ ਆਪ ਗੁੰਚੇ ਗਿਨ ਖਿਲੇ ਮੁਰਝਾ ਗਏ, ਪਤਾ ਨਹੀਂ ਕਿਹੜੀ ਕਿਹੜੀ ਗੱਲ ਯਾਰ। ਨਿਕਾਹ ਮੇ ਇਹ ਬਾਤਾਂ ਕਹਾਂ ਹੋਤੀ ਹੈ? ਦੁਲਹਨ ਕੀ ਵਾਲਦਾ ਕਾ ਨਾਮ ਜ਼ੀਸ਼ਾਨ। ਵਾਲਦਾ ਕਾ ਨਾਮ, ਅੱਛਾ ਵਾਲਦਾ ਕਾ ਨਾਮ, ਵਾਲਦਾ। ਦੁਲਹਨ ਕੀ ਵਾਲਦਾ ਕਾ ਨਾਮ ਸ਼ਗੁਫਤਾ। ਸ਼ਗੁਫਤਾ, ਹਾਂਜੀ। ਡੋਲੀ ਸਲੇਪ ਵਾਲੀ ਕਿ ਡਾਟ ਵਾਲੀ? ਸਾਹ ਨੀ ਆਉਂਦਾ।
ਡੋਲੀ ਘੜਿਆਂ ਵਾਲੀ ਕਰ ਲਓ, ਘੜਿਆਂ ਵਾਲੀ ਘੜਿਆਂ ਵਾਲੀ ਡੋਲੀ ਨਹੀਂ ਹੁੰਦੀ ਭਾਈ ਸਾਹਿਬ, ਨਹੀਂ ਹੁੰਦੀ। ਬਾਕੀ ਚੀਜ਼ਾਂ ਜਿਹੜੀਆਂ ਹੁੰਦੀਆਂ ਗੁੰਚੇ ਗਿਨ ਖਿਲੇ ਮੁੜ ਜਾ ਕੇ ਹੁੰਦੇ, ਅਗਰਬੱਤੀਆਂ ਹੁੰਦੀਆਂ ਨੇ ਨਿਕਾਹ ਚ, ਇਹਨਾਂ ਨੇ ਬਣਵਾਈਆਂ ਨੇ, ਪਾਣੀ ਦਾ ਛੱਟਾ ਹੁੰਦਾ ਨਿਕਾਹ, ਇਹਨਾਂ ਨੇ ਲਵਾਇਆ। ਉਹ ਤੂੰ ਉਹ ਡੋਲੀ ਲਿਖ, ਡੋਲੀ ਚੜਦੇ ਆ ਮਾਰੀਆਂ ਹੀਰ ਚੀਕਾਂ ਇਹ ਕਰ। ਅੱਛਾ ਵੈਸੇ ਭਾਜੀ ਉਹ ਅਜੇ ਨਹੀਂ, ਅੱਛਾ ਵੈਸੇ ਭਾਜੀ ਇਹ ਹੀਰ ਨੇ ਚੀਕਾਂ ਕਿਉਂ ਮਾਰੀਆਂ ਸਨ? ਉਹਦਾ ਲੱਗਦਾ ਬੂਹੇ 'ਚ ਹੱਥ ਆ ਗਿਆ। ਡੁੱਲੇ ਕੀ ਵਾਲਦਾ ਕਾ ਨਾਮ ਜੀ? ਮੇਰੀ ਵਾਲਦਾ ਨਾਮ ਜੀ ਕੀ ਲਿਖਾਣਾ? ਵਲੀਮੇ ਦੀ ਰੋਟੀ ਮਾਮੇ ਦੇਣ, ਵਲੀਮੇ ਦੀ ਰੋਟੀ ਮਾਮੇ ਦੇਣਗੇ, ਵਲੀਮੇ ਕੀ ਰੋਟੀ ਮਾ, ਵਲੀਮਾ ਖੁਦ ਲੜਕੇ ਵਾਲੋ ਨੇ ਦੇਣਾ ਹੋਤਾ ਹੈ, ਮਾਮਾ ਕਿਉਂ ਦੇਗਾ? ਲੇਕਿਨ ਇੱਥੇ ਤਾਂ ਹੁਣ ਮਾਮਿਆਂ ਨੇ ਦੇਣੀ ਨਾ, ਇੱਥੇ ਮਾਮੇ ਦੀ ਬਣਦੀ, ਇੱਥੇ ਮਾਮੇ ਦੀ ਬਣਦੀ, ਮਾਮਿਆਂ ਦੀ। ਹੈਲੋ, ਦੁਲਹਨ ਦੇ ਸੂਟ ਦੱਸੋ ਜੀ ਕਿੰਨੇ ਹੈ? ਹਾਂਜੀ ਸੂਟ ਦੁਲਹਨ ਦੇ ਕਿੰਨੇ ਹੈ? ਅੱਛਾ ਇਹ ਸਾਡੇ ਜਿਹੜਾ ਰਿਵਾਜ ਹੈ ਨਾ ਜੀ, ਹਾਂਜੀ ਰੋਟੀ ਜਿਹੜੀ ਇਹ ਮਾਮੇ ਦੇਣਗੇ, ਹਾਂਜੀ ਲੇਕਿਨ ਸ਼ਾਦੀ ਤੋਂ ਅਗਲੇ ਦਿਨ, ਹਾਂ ਸਿਰਫ ਦੁਲੇ ਦੇ ਸਾਰੇ ਸਵਾਬ ਲਈ ਦੁਆ ਹੋਏਗੀ, ਫੁੱਲੀਆਂ ਚੰਨੇ ਇਹ ਚੀਜ਼ਾਂ ਨਹੀਂ ਹੋਣਗੀਆਂ। ਤੁਸੀਂ ਦਿਲ ਤੇ ਲਾ ਲਈ ਇਹ ਗੱਲ, ਤੁਸੀਂ ਗਲਤ ਸਮਝ ਰਹੇ ਸੀ, ਉਹ ਮਾਮਾ ਜੋ ਤੁਸੀਂ ਲਿਖਾ ਰਿਹਾ ਉਹ ਸਾਰੇ ਹੀ ਹੈ। ਨਹੀਂ ਆਪ ਅਜੀਬ ਆਦਮੀ ਯਾਰ, ਵੈਸੇ ਹਮਨੇ ਕਭੀ ਕੋਈ ਨਿਕਾਹ ਫਾਰਮ ਇਸ ਤਰ੍ਹਾਂ ਕਾ ਨਹੀਂ ਦੇਖਾ। ਉਹ ਜਨਾਜ਼ਾ, ਇੱਕ ਮੇਰੀ ਗੱਲ ਸੁਣ ਲਓ, ਉਹ ਜਨਾਜ਼ਾ ਨਹੀਂ ਪੜਾਉਣਾ ਵਰਨਾ ਕੌਣ ਪੜਾਉਣਾ? ਇੱਕ ਮੇਰੀ ਗੱਲ ਸੁਣ ਲਓ, ਹਾਂਜੀ ਮੈਂ ਅਕਸਰ ਨਿਕਾਹਾਂ ਤੇ ਦੇਖਿਆ ਵੀ ਲੋਕ ਨਿਕਾਹ ਪੜਦੇ ਫੌਰਨ ਨਿਕਲ ਜਾਂਦੇ ਆ। ਨਾ ਮੇਰਾ ਵੀਰ ਇਸ ਤਰ੍ਹਾਂ ਬੁਰੀ ਗੱਲ ਆ, 70 ਕਦਮਾਂ ਤੇ ਰੁਕ ਕੇ ਦੁਆ ਮੰਗ ਕੇ ਤੇ ਫਿਰ ਜਾਣਾ, ਫਿਰ ਜਾਣਾ ਲੋ, ਫਿਰ ਬਾਤ ਵਹੀ ਹੋ ਗਈ। ਅੱਛਾ ਜੀ ਕੁੜੀ ਦੇ ਸੂਟ ਲਿਖੋ ਜੀ, ਸੂਟ ਦੱਸੋ ਜੀ ਕਿੰਨੇ ਆ ਕੁੜੀ ਦੇ? ਸ਼ਾਦੀ ਦੇ ਜਿਹੜੇ ਕਾਰਡ ਨਹੀਂ ਛਪਾਣੇ, ਨਾ ਤੁਸੀਂ ਬੱਚੀ ਦੇ ਨਾ ਮੈਂ, ਕਿਉਂ ਜੀ? ਸਿਰਫ ਮਸਜਿਦ 'ਚ ਐਲਾਨ ਹੋਏਗਾ ਕਿ ਬਹੁਤ ਨਮਾਜ਼ੇ ਜ਼ੋਰ ਬਰਾਤ ਉਨਕੀ ਰਹਿਸ਼ਗਾਹ ਸੇ ਉਠਾਈ ਜਾਏਗੀ, ਠੀਕ ਹੈ? ਗੁੱਸਾ ਨਹੀਂ ਕਰ ਰਹੇ ਆਪ ਇਸ ਕਿਸਮ ਕਾ ਨਿਕਾਹ, ਇਹ ਨਿਕਾਹ ਪੜਾ ਰਹੇ ਆ? ਬਰਾਤ ਉਠਾਈ ਜਾਏਗੀ, ਅੱਗੇ ਬਾਜੀਆਂ ਵਾਲੇ ਰੋ ਰਹੇ ਹੋਣਗੇ, ਫਿਰ ਤੁਹਾਡਾ ਕੁਨੀਮਾ ਵੀ ਹੋਣਾ ਯਾਰ। ਇਨਕੇ ਕਾਰੀ ਸਾਹਿਬ ਕੋ ਬੁਲਾਏ, ਇਨਕੋ ਭੇਜੇ। ਅੱਛਾ ਸਰ ਥੋੜਾ ਜਿਹਾ ਰਹਿ ਗਿਆ, ਸਿਰਫ ਜਹੇਜ਼ ਲਿਖਣਾ, ਥੋੜਾ ਜਿਹਾ ਹੀ ਰਹਿ ਗਿਆ ਸਿਰਫ, ਕੁੜੀ ਥੋੜਾ ਜਿਹਾ ਰਹਿ ਗਿਆ ਬਸ, ਤੁਰੇ ਚੱਲੋਗਾ ਕਦਮ ਪੁੱਟੀ ਚੱਲੋ ਨਾ, ਤੁਰੇ ਚੱਲੋ, ਤੁਰੇ ਚੱਲੋ। ਕੁੜੀ ਦਾ ਸੂਟ ਲਿਖੋ ਜੀ, ਸੂਟ ਦੱਸੋ ਜੀ ਕਿੰਨੇ ਆ? ਸੂਟ 2 ਹੀ ਆ, ਬਾਕੀ ਪੈਂਟਾਂ ਸ਼ਰਟਾਂ ਕੋਈ ਟਰੈਕ ਸੂਟ ਆ, ਪੈਂਟਾਂ ਸ਼ਰਟਾਂ ਤੇ ਟਰੈਕ ਮਾਡਰਨ ਦਾ। ਅੱਛਾ ਮਾਡਰਨ ਰੰਗ ਵੀ ਆ, ਕੌਣ ਪਾਉਂਦਾ ਹੁਣ? ਅੱਛਾ ਇਹ ਦੱਸੋ ਵੀ ਸੂਟ ਫੈਂਸੀ ਕਿੰਨੇ ਆ ਤੇ ਸੈਕਸੀ ਕਿੰਨੇ ਆ? ਹੈ ਸੂਟ ਹੁੰਦੇ ਆ ਨਾ ਵੀ ਕੰਮ ਵਾਲੇ ਕਿਹੜੇ ਆ, ਸਾਦੇ ਕਿਹੜੇ ਬਈ? ਬਾਕੀ ਤੇ ਸਾਰੀਆਂ ਪੈਂਟਾਂ ਸ਼ਰਟਾਂ ਹੀ ਆ। ਹਾਂ ਤੇ ਆਪਣਾ 2-3 ਸੂਟ ਨੇ, 2 ਸੂਟ ਮੇਰਾ ਬਰਾਤ ਦਾ ਸੂਟ ਲਿਖ ਲਓ, 3 ਤਣੀਆਂ ਵਾਲਾ ਸਫੇਦ ਰੰਗ ਦਾ, ਸਫੇਦ ਰੰਗ ਦਾ ਇੱਕ ਇੱਥੇ ਤਣੀ, ਇੱਕ ਸੈਂਟਰ, ਇੱਕ ਪੈਰਾਂ ਵਾਲੇ ਪਾਸੇ। ਤੁਸੀਂ ਗੁੱਸਾ ਕਰ ਰਹੇ ਹੈ, ਐਸੀ ਕੋਈ ਗੱਲ ਹੈ ਨਹੀਂ। ਹਾਂਜੀ ਐਵੇਂ ਗੁੱਸਾ ਕਰ ਰਹੇ ਆ, ਔਰ ਐਕਸਟਰਾ ਕਪੜਾ ਨਾਲ ਰੱਖ ਦੇਣਾ। ਹਾਂਜੀ ਔਰ ਦੁੱਲੇ ਦੇ ਥੱਲੋਂ ਜਿਹੜੀ ਹੈ ਨਾ ਚਿੱਟੀ ਚਾਦਰ ਖਿੱਚ ਕੇ ਮੌਲੀ ਸਾਹਿਬ ਨੂੰ ਦੇਣੀ ਹੈ। ਕਿਉਂ ਕਦਰੀ ਨੂੰ ਦੇਣੀ? ਉਹ ਤੁਹਾਡਾ ਹੀ ਬਣਦਾ, ਉਹ ਤੁਹਾਡਾ ਹੱਕ ਬਣਦਾ, ਉਹ ਤੁਹਾਡਾ ਹੱਕ ਬਣਦਾ। ਤੁਸੀਂ ਗਲਤ ਸਮਝ ਰਹੇ ਆ, ਐਸੀ ਕੋਈ ਗੱਲ ਹੈ ਨਹੀਂ ਹੈ। ਹਾਂ ਮੌਲੀ ਸਾਹਿਬ ਸਵੇਰ 7 ਵਜੇ ਤੁਸੀਂ ਪਹੁੰਚ ਜਾਣਾ। ਕਿਉਂ ਜੀ? ਕਿਉਂ ਕਲੀਮੇ ਦਾ ਖਤਮ ਕਿਨੇ ਦਵਾਉਣਾ? ਕਲੀਮੇ ਦਾ ਦੇਖੋ ਸਾਰੇ ਗਲਤ, ਨਹੀਂ ਨਹੀਂ ਖਤਮ ਹੈ ਹੀ ਕੋਈ ਨਹੀਂ। ਨਹੀਂ ਬਤਾ ਬਾਤ ਕੀ ਹੈ, ਆਪ ਸਾਰਾ ਗਲਤ ਕਰ ਰਹੇ ਹੈ। ਹਾਂਜੀ ਨਿਕਾਹ ਫਾਰਮ ਤੋਂ ਹੈ ਹੀ ਨਹੀਂ, ਇਹ ਨਿਕਾਹ ਫਾਰਮ ਹੈ? ਨਿਕਾਹ ਫਾਰਮ ਹੈ ਜਨਾਬ? ਯਾਰ ਇਹ ਕੀ ਕਰ ਰਹੇ ਹੈ, ਨਿਕਾਹ ਫਾਰਮ ਹੈ ਸਰ ਜੀ, ਨਿਕਾਹ ਫਾਰਮ, ਖੁਦਾ ਦੀ ਕਸਮ ਹੈ, ਡੈਥ ਫਾਰਮ ਹੈ, ਡੈਥ ਫਾਰਮ, ਡੈਥ ਫਾਰਮ ਨਹੀਂ, ਇੱਥੋਂ ਮੈਂ ਨਾਲ ਲਿਖ ਕੇ ਨਿਕਾਹ ਰਜਿਸਟਰ ਚਲਾ ਲੈਣਾ ਉਹ ਸਾਰਾ ਕੁਝ। ਅੱਛਾ ਪਹਿਲੇ ਆਪ ਯਹਾਂ ਲਿਖੇਂਗੇ? ਇਹ ਡਾਇਓ ਬੇਟਾ ਲਿਖ ਰਿਹਾ ਮੈਂ, ਡਾਇਓ ਡਾਇਓ ਬੇਟਾ, ਬਾਇਓਡੇਟਾ। ਅੱਛਾ ਬਾਇਓਡੇਟਾ, ਉਹ ਮੈਂ ਲਿਖ ਰਿਹਾ ਵਾਂ, ਲਿਖ। ਅੱਛਾ ਜੀ ਸਹੀ ਲਿਖ ਬੇਟਾ। ਯਾਰ ਇਹ ਪਤਾ ਨਹੀਂ ਕੌਣ ਸੀ, ਲੋ ਜੀ ਸਾਰੀਆਂ ਚੀਜ਼ਾਂ ਹੋ ਗਈਆਂ ਨੇ ਪੂਰੀਆਂ। ਹਾਂਜੀ ਹੁਣ ਮੈਂ ਕਬੂਲ ਕਰਾਣ ਲੱਗਾ। ਨਹੀਂ ਅਜੇ ਕਿਤੇ ਕਬੂਲ ਹੈ, ਹੋਰ ਪਹਿਲੇ ਮੁੰਡਿਆਂ ਨੂੰ ਕਹੋ ਮਸਜਿਦ ਮੰਜਾ ਤੇ ਵਾਪਸ ਕਰਕੇ ਆਓ, ਫੇਰ ਜਾ ਕੇ ਕਿਤੇ ਕਬੂਲ ਹੈ। ਗਲਤ ਸਮਝ ਰਿਹਾ ਜਨਾਬ, ਐਸੀ ਕੋਈ ਗੱਲ ਨਹੀਂ ਹੈ। ਮੈਂ ਤਾਂ ਉਹ ਪਤਾ ਕੀ ਹੈ, ਸਿਰਫ ਹੁਣ ਬਾਕੀ ਰਹਿ ਗਈਆਂ ਗਾਲਾਂ, ਉਹ ਦੁੱਲਾ ਥੋੜੀ ਦੇਰ ਤੱਕ ਤੈਨੂੰ ਕੱਢਣ ਨਾ ਲਈ। ਓਏ ਕਿਹੜਾ ਨਿਕਾਹ ਯਾਰ, ਮੇਰੀ ਧੀ ਨੂੰ ਤੂੰ ਬੇਵਾ ਕਰਨ ਲਿਆ ਹੁਣੇ? ਲਓ ਜੀ ਮੈਂ ਕਬੂਲ ਕਰਾਉਣ ਲੱਗਾ। ਨਹੀਂ ਕਬੂਲ ਨਹੀਂ ਨਾ, ਹੋਰ ਪਹਿਲੇ ਤੁਸੀਂ ਉਹਦੇ ਸਾਹਮਣੇ ਖੜੋ ਕੇ ਇਹਨਾਂ ਸਾਰਿਆਂ ਨਿਕਾਹ ਦੀ ਨੀਅਤ ਦੱਸੋ ਨਾ ਕੀ ਹੈ, ਕਿਹੜੀ ਨੀਅਤ ਹੁੰਦੀ ਹੈ ਜਨਾਬ, ਤੇ ਇੱਥੇ ਸਲੈਬ ਕਿਹੜੀ ਹੁੰਦੀ ਹੈ? ਨਹੀਂ ਉਹ ਤੇ ਇਹ ਗਿਣ ਖਲੇ ਗੁੰਚੇ ਕਿਹੜੇ ਹੁੰਦੇ ਨੇ ਇੱਥੇ? ਉਹ ਮੇਰੇ ਗਿਣ ਅਗਰਬੱਤੀਆਂ ਇੱਥੇ ਕਿਹੜੀਆਂ ਹੁੰਦੀਆਂ ਦੱਸੋ ਨਾ ਸਾਰਿਆਂ ਨੂੰ। ਐਸੀ ਕੋਈ ਗੱਲ ਨਹੀਂ ਹੈਗੀ, ਦੁੱਲੇ ਦਾ ਯਾਰ ਕਿਵੇਂ ਕਹੀ ਯਾਰ, ਤੁਸੀਂ ਗੁੱਸਾ ਕਰ ਗਏ ਐਸੀ। ਓਏ ਗੁੱਸਾ ਨਹੀਂ ਕਰ ਗਏ, ਆਪਨੇ ਦਿਮਾਗ ਖਰਾਬ ਕਰ ਦਿਆ ਹਮ ਸਭ ਕਾ।
ये इस तरह का निकाह थोड़ा ही होता है। मैं कबूले कबूले कराने लगा वहां और बोले कोई ना यार आप कारी साहब को बुलाएं ये निकाह नहीं पढ़ा सकते मैं तो आप पढ़ाने वाले हैं। मैं तो आप डर लगन दिया लगता मैं अपने जुमेरान नु रोटी जवाई दी किथे देनी है तू पता की है दफनान दे लगे तू मैनू दे दे मैं अंदर ही खा लांगा आपे यार कबूले कबूले करा लेने दो जी लो जी कोई बंदा बोले ना अच्छा जी देखो इस तरह दूल्हे नु तकलीफ होंदी है मतलब कि भाई बुरा लगता वा इस तरह के जब कोई शोर मचाउंदे है लोग दूल्हा पहले आके आउंदा अच्छा कोई बोले ना हुन पता कोई नहीं हैगा हां जी आगे जाके की बनदा है इत्थे नाल ए जेड़े बनाए ना अगरबत्तियां हां जी इत्थे तीन चार बिच्छू इधर सप्प ठुआ भी वाड़ो विच निकाल दे पाड़ो लो जी मैं कबूल है कबूल करान लगा जी जी दूल्हा जिशान कबूल है हाले तक गलत पूरी करन दियो पहले दूल्हा जिशान का निकाह समीना बीबी के साथ बदले हकमार सुपुर्द कब्रिस्तान कर दिया गया है हेलो तनु कबूल है फिर आप गलत कर रहे हैं अच्छा नहीं बेचो लफ्ज आ गए ने आ गए तनु निकाह कबूल है समीना बीबी नाल ए भी तू कह दे मेरा दे मुंह बन्ने आ आप देखे सही तरह निकाह पढ़वाए शो खत्म होने का टाइम भी हो रहा है शो के अंदर अंदर हमने इनकी शादी करवानी है शाम तू बात चुकी नहीं पढ़ा दो पढ़ा दो पढ़ा जी जिशान का निकाह समीना बीबी के साथ कर दिया गया तो उन्हें कबूल है कबूल कबूल है कबूल है कबूल है कबूल है चुक लो कलमा शाहब लो जी दुल्हन से पूछे जिंदगी में बहुत खुश रहेंगे हाँ ठुस रहेंगे हम क्योंकि 51 साल मेरी उम्र है ठुस ही रहेंगे यार वैसे इतनी देर लाई दी नहीं होंगी हूं तक चुक लेना चाहिए मतलब है कि हम रुक्सती हो जानी चाहिए है रुक्स दे अच्छा सफर बहुत चल जनाब भैया चल तो सताज तलु तले अच्छा ये बताएं हम हनीमून पे कहां जाएंगे हम हनीमून पे थथिया गली जाएंगे हम थथिया गली आपको कबूल है कबूल है कबूल है मुबारक हो रोने की बात नहीं है खुशी की बात है लाओ जी लाओ मुंह मीठा कराओ मुंह मीठा कराओ इधर लाओ इन्हों का भी मैं ही पढ़ाया सी बाहर जिहड़े बंदे बैठे उन्होंने कहना जी मैयत करी रोटी खा के जाना बहुत शुक्रिया बहुत शुक्रिया जी जी साड़ी दुआ तुहाडा भी इंज ही होवे निकाह बाबा जी कदी चाह दे दिया मेरा तो जवाई मर गया नहीं नहीं निकाह हुआ है लाओ जी लेकिन बहुत शुक्रिया जी हाजी साहब सारा इंतजाम तुसी करना खजूर आनी तोड़े भी लियाने तुसी जी हाजी साहब बहुत शुक्रिया जी मेहरबानी हुण पता ना आपना कुछ होर को काम शम करो हुण मैं तुहानू खुशी की खबर दे हुण दुल्हन आएगी इत्थे ते मैं बैठांगा उत्थे वाह जी वाह चलो जी चलो इधर आओ जी इधर आओ जी बाबल मेरिया गुड्डिया तेरे घर रह गईया बाबल मेरिया गुड़िया तुसी ओ गाना गाओ का साडा कुड़िया दा तंदा ओए गलत हो गया बाबल मेरिया गुड़िया ठहरा तेरे घर रह गईया डाल गा जो डाली आ मेरी कुड़ी ते करूली ना कर दई चलो जी बहुत बहुत मुबारक हो आपको दूल्हा भाई दूल्हा भाई हां आगे गल थोड़ी बेदी दी हो गए ओ ठहर सबर कर दूल्हा भाई निकाह हो गया बैठी रोगी है हेलो ओ बेदनी ले आंदी तुसी हां ओ बेदों दी छुआरे ए खुशी दी सुबह ओ सुबह सुबह कटया फ्रूट नाल बेद सुबह दूल्हा भाई आपको मुबारक हो मुबारक आपको भी मुबारक मुबारक हो आखिरकार अल्लाह ने चाहा अल्लाह के फजल से ये बात बदल गया मेरे सिरों धी का पार लथा उसके सिर पै गया पै गया हर चीज जो है ना जिंदगी में मेरे ऊपर कभी शक नहीं करना हाँ यकीन करना क्योंकि मैंने जिंदगी में कभी किसी लड़की के साथ ना मेरा अफेयर रहा क्योंकि बहुत छोटी उम्र में शादी हो रही है हाँ जी छोटी उम्र 22 हाँ 51 साल 22 तो अगर मुझसे कोई गलती हो जाए तो आई एम अपोलोजाइज मैं सॉरी करता हूँ
ਜਵਾਈ ਮੇਰਾ ਤਾਂ ਮੂੰਹ ਮੇਰੇ ਲੱਗਦਾ ਬੋਤਲ ਨੂੰ ਸੇਕ ਲੱਗਾ ਹੁਣ ਜਵਾਈ ਪਾਈ ਆ ਹੁਣ ਨਹੀਂ ਹੁਣ ਅੱਛਾ ਲੱਗਦਾ ਉਹ ਕਿਹੜੇ ਮੂੰਹ ਨਾਲ ਮੇਰੇ ਘਰ ਆਏਗਾ ਜੀ ਬੜੇ ਸਾਰੇ ਨਿਕਾਹ ਮੇਰਾ ਕਰਾਤਾ ਹਾਂਜੀ ਨਿਕਾਹ ਬਹੁਤ ਅੱਛਾ ਹੋਇਆ ਬਹੁਤ ਵਧੀਆ ਹੁਣ ਮੇਰੀ ਇਹ ਦੁਆ ਹਾਂਜੀ ਕਿ ਜ਼ਿਆਦਾ ਦੇਰ ਤੁਸੀਂ ਨਾ ਰਹੋ ਤੁਹਾਡਾ ਵੀ ਪਿੱਛੇ ਨਿਕਾਹ ਹੋ ਜਾਏ ਪਿੱਛੇ ਹੀ ਹੋ ਜਾਏ ਦੇਖੋ ਕੋਈ ਮੁਝਸੇ ਗਲਤੀ ਹੋ ਜਾਂ ਤੁਮਸੇ ਗਲਤੀ ਹੋ ਮੈਂ ਆਪਕੋ ਮਾਫ ਕਰੂੰਗਾ ਆਪ ਮੁਝੇ ਮਾਫ ਕਰਨਾ ਠੀਕ ਹੈ ਮੇਰੇ ਥਰਤਾਜ ਆਪ ਬਿਲਕੁਲ ਬੇਫਿਕਰ ਹੋ ਜਾਏ ਮੈਂ ਇਤਨੇ ਅੱਛੇ ਥਾਣੇ ਬਣਾਤੀ ਹੂੰ ਮੈਂ ਆਪਕੋ ਇਤਨੇ ਅੱਛੇ ਅੱਛੇ ਥਾਣੇ ਖਿਲਾਉਂਗੀ ਓ ਯਾਰ ਕਿਹੜਾ ਥੁੱਥ ਪੁੱਤ ਮੈਨੂੰ ਦੇਤਾ ਯਾਰ ਖੁਦਾ ਦਾ ਨਾਮ ਮੰਨੋ ਯਾਰ ਤੋਤਲੀ ਹੈ ਤੇ ਕੁੜੀ ਤੋਤਲੀ ਛੋਟੀ ਉਮਰ ਦੇ ਵਿੱਚ ਯਾਨੀ ਐਸੀ ਲੜਕੀ ਮੈਨੂੰ ਦੇਤੀ ਤੋਤਲੀ ਕੁੜੀ ਛੋਟੀ ਉਮਰ ਲੜਕੀ ਕੀ ਆਪਕੀ ਨਹੀਂ ਹੈ ਓਏ ਇੱਕੋ ਹੀ ਇਸੋ ਉਥੇ ਤੇ ਮੈਂ ਐਗਰੀ ਕਿਤੇ ਸ਼ਾਦੀ ਕੀ ਸੇਮ ਉਮਰ ਤੁਸੀਂ ਵਿੱਚ ਵਿੱਚ ਕਿਤੇ ਠੀਕ ਨਾ ਹੋ ਜਾਵੇ ਸੁਣੋ ਓਏ ਯਾਰ ਇਹ ਨਹੀਂ ਥੁੱਥ ਪੁੱਤ ਹੈ ਤੋਤਲੀ ਹੈ ਤੋਤਲੀ ਓ ਤੋਤਲੀ ਤੂੰ ਕਿਹੜਾ ਗੁਲਾਮ ਅਲੀ ਨੂੰ ਗਾਉਂਦੇ ਆ ਦੇਖਣਾ ਯਾਰ ਕੋਈ ਨੀ ਧੀਆਂ ਦਾ ਕਿਹੜਾ ਹੋ ਹੀ ਜਾਂਦਾ ਇਸ ਤਰ੍ਹਾਂ ਬਾਬਾ ਜੀ ਵੀ ਦੇਖੋ ਤੁਸੀਂ ਮੈਨੂੰ ਦੇਖੋ ਉਹਨੂੰ ਦੇਖੋ ਦੁੱਲਾ ਬਾਈ ਆਪ ਆਪਣੇ ਆਪ ਕੋ ਵੀ ਦੇਖੇ ਉਨਕੋ ਵੀ ਦੇਖੇ ਅੱਲਾ ਮਲਾਈ ਜੋੜੀ ਬਿਲਕੁਲ ਠੀਕ ਹੈ ਕੀ ਬਾਤ ਤੋਂ ਸੁਨੇ ਹਾਂਜੀ ਹਾਂਜੀ ਥਰਤਾਜ ਆਪ ਮੁਝੇ ਮਰੀ ਲੈ ਕੇ ਜਾਏਂਗੇ ਥਥੀਆ ਗਲੀ ਥਥੀਆ ਗਲੀ ਥਥੀਆ ਗਲੀ ਇੱਕ ਤੂੰ ਥੱਥੀ ਉੱਤੋਂ ਥਥੀਆ ਗਲੀ ਮੈਂ ਤੇ ਦੋ ਗਲੀਆਂ ਦੇ ਵਿੱਚ ਲੈ ਕੇ ਨਾ ਇੱਕ ਥਥੀਆ ਥੁਥੀਆ ਗਲੀ ਔਰ ਹਮ ਨਾ ਥਾਰੂ ਖਾਨ ਕੀ ਫਿਲਮ ਦੇਖੇਂਗੇ ਕਿਹਦੀ ਤੁਛ ਤੁਛ ਹੁੰਦਾ ਹੈ ਤੁਛ ਤੁਛ ਕੁਛ ਕੁਛ ਹੁੰਦਾ ਹੈ ਅੱਛਾ ਫਿਰ ਤੂੰ ਨਾਲ ਹੀ ਚੱਲ ਟ੍ਰਾਂਸਲੇਸ਼ਨ ਕਰਦਾ ਰਿਹਾ ਕਰ ਜਵਾਈ ਮੇਰਾ ਦਾ ਮੂੰਹ ਵੇਖੋ ਲੱਗਦਾ ਨਹੀਂ ਸਾਈਡ ਤੋਂ ਨਾਨ ਡਿੱਗਾ ਹੁੰਦਾ ਬਾਬਾ ਹੁਣ ਤੂੰ ਖਾੜੀਆਂ ਨੇ ਗਾਲਾਂ ਨਹੀਂ ਆਪ ਇੱਜ਼ਤ ਕਰੇ ਹੋਰ ਗੱਲ ਕੋਈ ਨਹੀਂ ਤੇਰਾ ਜਵਾਈ ਆ ਸਰਤਾਜ ਮੁਝੇ ਨਾ ਨਾਨ ਥੋਲੇ ਬਹੁਤ ਪਸੰਦ ਹੈ ਨਾਨ ਥੋਲੇ ਪਸੰਦ ਹੈ ਕਿਹੜੀ ਚੀਜ਼ ਨਾਨ ਛੋਲੇ ਤੈਨੂੰ ਜਾਣਾ ਪੈਣਾ ਨਾਲ ਕਿਉਂਕਿ ਉਹ ਥੋਲੇ ਕਹਿੰਦੀ ਤੂੰ ਕਰੈਕਟ ਕਹਿਣਾ ਮੈਂ ਬਹੁਤ ਅੱਛੀ ਤਾਏ ਬਣਾਤੀ ਹੂੰ ਤਾਏ ਕਿਹੜਾ ਤਾਇਆ ਤਾਇਆ ਦੀ ਗੱਲ ਚਾਏ ਚਾਏ ਕਹਿੰਦੀ ਬਹੁਤ ਅੱਛੀ ਬਣਾਉਂਦੀ ਆ ਤੂੰ ਉਧਰ ਚੱਲ ਤੂੰ ਇਧਰ ਆ ਰੌਣੇ ਦੇ ਆ ਚਲੇ ਮੈਂ ਆਪਕੋ ਬਤਾ ਰਹਾ ਹੂੰ ਹਾਂਜੀ ਉਹ ਅਸਲ ਚ ਨਾ ਕੁੜੀ ਮੇਰੀ ਚਾਈਨੀਜ਼ ਬਹੁਤ ਪੜ੍ਹੀ ਆ ਨਾ ਹੈ ਥੱਥੀ ਹੋ ਗਈ ਚਾਈਨੀਜ਼ ਪੜ੍ਹਦੀ ਮੈਂ ਸਾਲੇ ਦਾ ਉੱਥੇ ਸੀ ਪੈਕ ਤੇ ਨਿਕਾਹ ਕਰਾ ਸੀ ਪੈਕ ਤੇ ਨਾਲ ਹੀ ਕਰਾ ਰਹੇ ਆ ਉਹ ਇੱਥੇ ਮੇਰੇ ਨਾਲ ਕਰਾਉਣ ਡਿਆ ਮੈਂ ਸੀ ਪੈਕ ਨੂੰ ਗੋਲੀ ਮਾਰਨੀ ਆ ਫੁੱਲ ਪੈਕ ਜਿਹੜਾ ਇਹ ਨਹੀਂ ਠੀਕ ਸਰਦਾਰ ਕੀ ਹੋ ਗਿਆ ਤੇਰੇ ਵਰਗੇ ਬੰਦੇ ਜਿਹੜੇ ਨਾ ਕੁਆਲਾ ਦੇ ਪਿੱਛੇ ਮਿਸਰਾ ਦੱਸਦੇ ਹੁੰਦੇ ਬਾਬੇ ਦੇ ਦਰਬਾਰ ਚਿੜੀਆਂ ਬੋਲਦੇ ਮੇਰੇ ਜਵਾਈ ਦਾ ਮੂੰਹ ਵੇਖ ਲੱਗਦਾ ਕੁੱਤਾ ਦੰਦੀ ਵੱਢਣ ਦਾ ਜ਼ੇਹਨ ਬਣਾ ਰਿਹਾ ਸਰਦਾਰ ਹਮ ਨਾ ਜ਼ਿੰਦਗੀ ਮੇਂ ਬਹੁਤ ਖੁਸ਼ ਰਹੇਂਗੇ ਹਾਂ ਠੁੱਸ ਰਹੇਂਗੇ ਹਮ ਕਿਉਂਕਿ 51 ਸਾਲ ਮੇਰੀ ਉਮਰ ਹੈ ਠੁੱਸ ਹੀ ਰਵਾਂਗੇ ਯਾਰ ਵੈਸੇ ਇੰਨੀ ਦੇਰ ਲਾਈ ਦੀ ਨਹੀਂ ਹੁੰਦੀ ਹੁਣ ਤੱਕ ਚੁੱਕ ਲੈਣਾ ਚਾਹੀਦਾ ਮਤਲਬ ਹੈ ਕਿ ਹੁਣ ਰੁਕਸ ਦੀ ਹੋ ਜਾਣੀ ਚਾਹੀਦੀ ਹੈ ਰੁਕਸ ਦੀ ਅੱਛਾ ਸਫਰ ਬਹੁਤ ਚੱਲ ਜਨਮ ਵੇਲੇ ਚੱਲ ਤੋ ਸਤਾਲ ਤੇਲੂ ਤੇਲੇ ਅੱਛਾ ਇਹ ਬਤਾਏ ਹਮ ਹਨੀਮੂਨ ਪੇ ਕਹਾਂ ਜਾਏਂਗੇ ਹਮ ਹਨੀਮੂਨ ਪੇ ਥਥੀਆ ਗਲੀ ਜਾਏਂਗੇ ਹਮ ਥਥੀਆ ਗਲੀ ਇਸ ਗਲੀ ਚੋਂ ਕਿਉਂ ਨਹੀਂ ਨਿਕਲੀ ਕੋਈ ਪੁਆ ਰਹਿੰਦੀ ਤੇਰੀ ਇਸ ਗਲੀ ਚ ਜਿਹੜੀ ਗੱਲ ਹੁੰਦੀ ਤੇਰੀ ਥੱਥੀਆ ਗਲੀ ਹਮ ਥਾਏ ਨਾ ਜਾਏਂਗੇ ਹਮ ਬਰੂਨੇ ਮੁੜ ਜਾਏਂਗੇ ਤਹਾਂ ਸਿੱਧੀ ਉੱਥੇ ਹੋਰ ਸੇਕ ਨਾ ਇਹਨੂੰ ਹੋ ਜਾਣਾ ਹੀ ਉੱਥੇ ਗਰਮੀ ਬਹੁਤ ਪੈਂਦੀ ਹੈ ਸਿੱਧੀ ਸਿੱਧੀ ਬਰੂਨੇ ਮੁਲਕ ਨਹੀਂ ਹੈ ਆਪਣੇ ਮੁਲਕ ਮੇ ਹੀ ਹੈ ਇੱਥੇ ਹਾਂਜੀ ਅਸਲ ਲੜਕੀ ਛੋਟੀ ਉਮਰ ਦੀ ਹੈ ਨਾ ਅੱਛਾ ਲੈ ਆਪਣਾ ਨਹੀਂ ਮੰਨਦੇ ਅੱਛਾ ਕੁਲਫੀ ਨੂੰ ਇੱਕਦਮ ਦੰਦੀ ਵੱਡੀ ਇਹਨੇ ਇਹੋ ਜਿਹਾ ਮੂੰਹ ਹੋ ਜਾਂਦਾ ਜਦੋਂ ਮੈਨੂੰ ਇਹਦੀ ਗੁਰਮੁਖੀ ਸਮਝ ਆਏਗੀ ਨਾ ਮੈਂ ਤੈਨੂੰ ਭੇਜਦਾ ਸਿੱਧੇ ਕਰਾ ਕੇ ਆ ਜੀ ਤੂੰ ਮੇਰੀ ਧੀ ਸੂਪ ਬਹੁਤ ਸ਼ੌਕ ਨਾਲ ਪੀਂਦੀ ਹੈ ਸੂਪ
ਇਹ ਹਾਂਜੀ ਮੈਂ ਤੇ ਗੱਲ ਕਹਿ ਨਹੀਂ ਸਕਦਾ ਕਿਉਂਕਿ ਤੂੰ ਪੀ ਨਹੀਂ ਸਕਦਾ ਯਾਰ ਵੈਸੇ ਬਹੁਤ ਬੁਰੀ ਗੱਲ ਹੈ ਵੈਸੇ ਚਾਚਾ ਜੀ ਅੱਛਾ ਤੂੰ ਨਾ ਬੋਲ ਹਾਂ ਹਾਂ ਕਿਉਂ ਜੀ ਕਿਉਂਕਿ ਤੂੰ ਸਾਨੂੰ ਮਾਰ ਚੁੱਕਾ ਤੇਰੇ ਵੱਲੋਂ ਅਸੀਂ ਮਰ ਗਏ ਹਾਂ ਹੁਣ ਤੂੰ ਚੁੱਪ ਕਰ ਸਰਤਾਜ ਤਾਏ ਪੀ ਲਓ ਜੀ ਠੰਡੀ ਹੋਲੀ ਤਾਏ ਪੀ ਲਓ ਅੱਛਾ ਇਹ ਬੁਰੇ ਨਾ ਨਾ ਕੱਪ ਕਰਦੀ ਹਾਂ ਮੈਨੂੰ ਨਹੀਂ ਸਮਝ ਆਉਣੀ ਸੀ ਇਹ ਸਮਝ ਇਹ ਵੀ ਕਹਿੰਦੀ ਤਾਏ ਪੀ ਲਓ ਤਾਤਾ ਜੀ ਚਲੋ ਥੂਪ ਪੀਓਗੇ ਤਾਏ ਛੋਲ ਦੋ ਥੂਪ ਪੀਓਗੇ ਥੂਪ ਕੀ ਜੀ ਥੂਕ ਪੀਓਗੇ ਨਹੀਂ ਥੂਪ ਕੈਸੇ ਪੀਓਗੇ ਸੂਪ ਸੂਪ ਹੈ ਸੂਪ ਕਹਿ ਰਹੀ ਹੈ ਅੱਛਾ ਸੂਪ ਹਾਂ ਤੂੰ ਜਲ ਮੈਂ ਕਿੱਥੇ ਜਾਣਾ ਫਿਰ ਤੈਨੂੰ ਵੀ ਆ ਰਹੀ ਸਮਝ ਮੈਨੂੰ ਸਾਨੂੰ ਇੱਥੇ ਬੈਠੀ ਦੂਰੋਂ ਸਮਝ ਆ ਰਹੀ ਤੈਨੂੰ ਕੋਈ ਨਹੀਂ ਉਹ ਕਹਿ ਰਹੀ ਹੈ ਧੂਪ ਪੀਓਗੇ ਧੂਪ ਸੇਕੋਗੇ ਉਹ ਧੂਪ ਸੇਕੋ ਉਹ ਤਾਂ ਸੇਕਣੀ ਸੇਕਣੀ ਹਾਂ ਅੱਜ ਕੱਲ੍ਹ ਮਹਿੰਗਾਈ ਦਾ ਦੌਰ ਹੈ ਹਾਂ ਮੇਰੇ ਹਿਸਾਬ ਦੇ ਜੋ ਨੇ ਜੀ ਬੱਚੇ ਓਨਲੀ ਫਰ ਟੂ ਹੈਂਜੀ ਬੱਚੇ ਦੋ ਹੀ ਅੱਛੇ ਵਨ ਗਰਲ ਵਨ ਬੋਏ ਵਾਹ ਵਨ ਗਰਲ ਵਨ ਬੋਏ ਬੱਚੇ ਦੋ ਅੱਛੇ ਮੂੰਹ ਤੇਰਾ ਜਿੱਦਾਂ ਦਾ ਵੀ ਸੋਚ ਅੱਛੀ ਹੈ ਕਿਉਂਕਿ ਮਹਿੰਗਾਈ ਇਤਨੀ ਹੈ ਆਪ ਬਤਾਏ ਆਪ ਕਿਤਨੇ ਬੱਚੇ ਹੋ ਹਮਾਰੇ ਥੇ ਬੱਚੇ ਹੋਗੇ ਥੇ ਥੇ ਬੱਚੇ ਹੋਗੇ ਹਮਾਰੇ ਥੇ ਕਿਸ ਤਰ੍ਹਾਂ ਥੇ ਹੋ ਜਾਣਗੇ ਕੀ ਕਹਿੰਦੀ ਥੇ ਬੱਚੇ ਹੋਗੇ ਥਤਾ ਥੇ ਛੇ 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 ਕਹਿ ਰਹੀ ਹੈ ਛੇ ਹਾਂ ਤੈਨੂੰ ਟਾਈਮ ਕੱਢਣਾ ਪੈਣਾ ਜੀ ਇਹ ਅਸਲ ਮੈਂ ਨਾ ਜੀ ਮਜ਼ਾਕ ਕੀ ਬਾਤ ਹੈ ਜੋ ਇਹ ਤੋ ਕੁਦਰਤ ਕੋ ਪਤਾ ਕੁਦਰਤ ਕੋ ਹੈ ਕੁਦਰਤ ਕੋ ਕੁਦਰਤ 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 ਅੱਲਾ ਤੋ ਇਹ ਤੋ ਅੱਲਾ ਕੋ ਪਤਾ ਕਿ ਕਿਤਨੇ ਦੋ ਹੋਤੇ ਤੀਨ ਹੋਤੇ ਚਾਰ ਹੋਤੇ ਤੋ ਅਗਰ ਪਹਿਲਾ ਬੇਟਾ ਹੋਇਆ ਤਾਂ ਕਿਆ ਨਾਮ ਰੱਖੇਂਗੇ ਉਸਕਾ ਸ਼ਤੀਰ ਨਹੀਂ ਲੈਂਟਰ ਹੈ ਸ਼ਤੀਰ ਕਿੱਥੋਂ ਆ ਗਿਆ ਸ਼ਤੀਰ ਕਹਿੰਦੇ ਸ਼ਤੀਲ ਨਹੀਂ ਸ਼ਕੀਲ ਰਹਿਮਤ ਤੈਨੂੰ ਇਹ ਕੌੜਾ ਘੁੱਟ ਕਰਨਾ ਹੀ ਪੈਣਾ ਹੀ ਨਹੀਂ ਆਪ ਮੁਝੇ ਲੈ ਕੇ ਜਾਣੇ ਕੀ ਬਜਾਏ ਇਨਕੇ ਚਾਚਾ ਕੋ ਲੈ ਜਾਏ ਇਨਕੋ ਤਾਂ ਸਮਝ ਆਤੀ ਦੋ ਚਾਰ ਦਿਨ ਮੈਂ ਰਹਿ ਪੂ ਤੇਰੇ ਕੋਲ ਕੋਈ ਮਸਲਾ ਨਹੀਂ ਏਡਾ ਨਹੀਂ ਨਹੀਂ ਮਾਂ ਮਾਂ ਕੋਈ ਨਹੀਂ ਜਾਏਗਾ ਮੈਂ ਚੱਲਾਂ ਜਾਏਂਗੇ ਹਮ ਤਾਤਾ ਜੀ ਜਾਏਂਗੇ ਸਾਥ ਨਹੀਂ ਨਹੀਂ ਹੁਣ ਨਹੀਂ ਹੁਣ ਤੇ ਨਿਕਾਹ ਹੋ ਗਿਆ ਇਹ ਪਹਿਲੇ ਜਾਂਦੇ ਸੀ ਨਾਲ ਅਬ ਆਪਕੇ ਯੇ ਚਾਚਾ ਥੇ ਨਾ ਅਬ ਆਪਕੇ ਯੇ ਚਾਚਾ ਹੈ ਹਾਂ ਅਬ ਤੋ ਮੈਂ ਆਪਕਾ ਔਸਤ ਹੋ ਗਿਆ ਮੇਰਾ ਮਤਲਬ ਹੈ ਕਿ ਯੇ ਆਰੇ ਤੈਨੂੰ ਪਾਗਲ ਹੋ ਗਿਆ ਨਹੀਂ ਨਹੀਂ ਅਸਲ ਜੀ ਨਾ ਖੁਸ਼ੀ ਨਾਲ ਤੇਰਾ ਦਿਮਾਗ ਫਿਰ ਗਿਆ ਕਿ ਮੈਂ ਵੀ ਜਾ ਰਿਹਾ ਨਹੀਂ ਨਹੀਂ ਅਬ ਆਪਕੇ ਯੇ ਮੀਆ ਹੈ ਚਾਚਾ ਅਬ ਆਪਕੇ ਸਾਥ ਨਹੀਂ ਜਾ ਰਿਹਾ ਆਪ ਵੀ ਖੁਸ਼ ਹੈ ਹਮਾਰੀ ਅੱਛਾ ਅਗਰ ਮੈਂ ਬਹੁਤ ਖੁਸ਼ ਹੂੰ ਆਪਕੀ ਸ਼ਾਦੀ ਸੇ ਅਗਰ ਹੋਈ ਬੇਟੀ ਉਸ ਕੋ ਕਿਆ ਨਾਮ ਰੱਖੇ ਹਾਂ ਤਤੀਲਾ ਪਤੀਲਾ ਉਹ ਤੇ ਇਹਨਾਂ ਨੇ ਦੇਣੇ ਨਾ ਪਤੀਲੇ ਪਤੂਲੇ ਤੇ ਇਹਨਾਂ ਦੇਣੇ ਪਹਾੜ ਪੇ ਜਾ ਕੇ ਗਾਣਾ ਗਾਉਂਗਾ ਤੇਰਾ ਮੇਰਾ ਤੇਰਾ ਮੇਰਾ ਸਾਥ ਰਹੇ ਮੌਤ ਵੀ ਆਏ ਦੁਹਾਤੋਂ ਮੈਂ ਤੇਰਾ ਹੱਥ ਰਹੇ ਤੇਰਾ ਮੇਰਾ ਤੂੰ ਵੀ ਤਾਂ ਕੁਛ ਅੱਗੇ ਸੇ ਠੁਕਰੀਆ ਆਪਕਾ ਠੁਕਰੀਆ ਕੀ ਹੋਇਆ ਕੀ ਗੱਲ ਕੀ ਹੋਈ ਹੋਇਆ ਕੀ ਭਾਈ ਸਾਹਿਬ ਮਿਹਰਬਾਨੀ ਕੀ ਗੱਲ ਕੀ ਹੋਈ ਇੱਧਰ ਆ ਉੱਠ ਕੇ ਹੈਲੋ ਬਦਤਮੀਜ਼ੀ ਨਾ ਕਰ ਕਿਆ ਹੋਇਆ ਬਜ਼ੁਰਗ ਬਜ਼ੁਰਗ ਓ ਯਾਰ ਓਏ ਬਜ਼ੁਰਗ ਸਾਹਿਬ ਦੋ ਘੰਟੇ ਦੇ ਸਮਾਂ ਸਰੇ ਮੈਂ ਯਾਰ ਬਜ਼ੁਰਗ ਲੱਖਾਂ ਰੁਪਏ ਲਾਦਾ ਥੁੱਤ ਪੁੱਤ ਥੁੱਤ ਪੁੱਤ ਇਹ 25 ਇਹ ਤੁਸੀਂ ਤਗੜੇ ਜਾ ਬਜ਼ੁਰਗ ਆਦਮੀ ਨੇ ਯਾਰ ਬਜ਼ੁਰਗ ਇੱਕ ਲਫ਼ਜ਼ ਵੀ ਔਰ ਮਤ ਬੋਲਨਾ ਬਜ਼ੁਰਗ ਆਦਮੀ ਨੇ ਤੁਸੀਂ ਧੱਕਾ ਦਿੱਤਾ ਯਾਰ ਹੱਦ ਹੋ ਗਈ ਹੱਦ ਹੋ ਗਈ ਕੀ ਕੀਆ ਆਪਨੇ ਇਹ ਤੁਮੇ ਸ਼ਰਮ ਨਹੀਂ ਆਤੀ ਓਏ ਸਹੀ ਬੋਲ ਰਹੀ ਹੈ ਠੀਕ ਹੈ ਸਹੀ ਬੋਲ ਰਹੀ ਮੈਂ ਠੀਕ ਹੀ ਹੂੰ ਮੈਂ ਸਿਰਫ ਇਹ ਦੇਖਣਾ ਚਾਹਤੀ ਥੀ ਕਿ ਮੇਰੀ ਜਿਸ ਇਨਸਾਨ ਕੇ ਸਾਥ ਸ਼ਾਦੀ ਹੋਣੇ ਜਾ ਰਹੀ ਹੈ ਵੋ ਨੇਚਰ ਕਾ ਕੈਸਾ ਹੈ ਕੈਸਾ ਇਨਸਾਨ ਹੈ ਲੇਕਿਨ ਮੁਝੇ ਬਹੁਤ ਅਫਸੋਸ ਹੈ ਤੁਮ ਇੱਕ ਬਹੁਤ ਘਟੀਆ ਇਨਸਾਨ ਹੋ ਥੈਂਕ ਯੂ ਵੈਰੀ ਮਚ ਤੁਹਾਡੇ ਅੰਦਰ ਜ਼ਰਾ ਵੀ ਇਨਸਾਨੀਅਤ ਨਹੀਂ ਹੈ ਕਿਆ ਵੋ ਲੋਕ ਜਿਨਕੇ ਅੰਦਰ ਨੁਕਸ ਹੋਤਾ ਹੈ ਉਨਕੇ ਜਜ਼ਬਾਤ ਨਹੀਂ ਹੋਤੇ ਉਨਕਾ ਦਿਲ ਨਹੀਂ ਹੋਤਾ
ऐसे लोग भी हैं जिन्होंने माजूर औरतों से शादी की हुई है, जिनका एक हाथ नहीं है, एक पाँव नहीं है, क्या वो लोग खुश नहीं है? खुश है। हाँ जी चाचा जी, मैं माफी जाना। बस तुसी इहदियां दोनों लत्तां तोड़ के मैनूं दे दिओ। यानी कि पहले तोतली पे राजी नहीं थे, उनकी बातें सुन के तो अब आप उन्हें मेरी अखा खोल देती हैं। अखा खोल देती हैं? साइड से मेरी पहले खुली थी। अखा खोल देती हैं। चलो जी माफ कर दे चाचा जी। देखो एडा वड्डा बंदा, ऐसे जालिम बंदे नाल मैं अपनी धी नहीं ब्याह सकदा। मैं नहीं ब्याह के ही हूं जालिम, मैं उन्हें तीर मारे ने परा दवा लगदा गिल्ली खान च कसोना वजा हुंदा। माफ कर दे चाचा जी, माफ। नहीं 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 चाचा जी, फिर तुसी मंगो। आज तो बाद तू एहो जी कोई गलत नहीं करेगा? नहीं कभी भी नहीं। चल जाती है सीधी डॉक्टर को, इहदा मुंह सीधा करा जा। आओ जी टोरो टोरो आओ जी। चलें जी। साडा चिड़िया दा चम्मा बेबाब लावे साडा चिड़िया। इहदे को पैसे लैने तू? साडा पिछू बढ़ पिछू बढ़। चला साडा चिड़िया दा चम्मा बेबाब लावे। कैसा लगा जी आज आपको शो? मेरा तो हंस हंस के जबड़े थक गए हैं। और आपको शो कैसा लगा आप ज़रूर मैसेज कीजिएगा, हमें कमेंट्स कीजिएगा। अगर अभी तक आपने मेरे चैनल को सब्सक्राइब नहीं किया तो सब्सक्राइब करें और शेयर करें, दोस्तों को बताएं और बेल आइकन को करके दबाएं। इंशाल्लाह अगले शो में आपसे दोबारा मुलाकात होगी, तब तक के लिए अल्लाह हाफिज़।